ਅਜ਼ਾਨ ਦਾ ਮਸਲਾ ਕਹਿੰਦੇ ਨੇ ਅਜ਼ਾਨਾਂ ਘੁਕਾਈ ਜਾਂਦੇ ਨੇ ਲੋਕ 10 ਵਜੇ ਰਾਤ ਦੇ 11 ਵਜੇ ਹਾਂਜੀ ਮੀਆਂ ਸਾਹਿਬ ਅੱਲਾਹ ਦੀ ਕਸਮ ਖਾ ਕੇ ਕਹਿੰਦੇ ਹਾਂ ਤੁਸੀਂ ਪੋਸਟਾਂ ਪੜ੍ਹੋ ਹਦੀਸਾਂ ਪੜ੍ਹੋ ਉਹ ਨਬੀ ਸੱਲੱਲਾਹੁ ਸੱਲਮ ਤੱਕ ਉਹ ਹਦੀਸ ਪਹੁੰਚਦੀ ਨਹੀਂ ਜਿਹੜੀ ਗੱਲ ਪਿਆਰੇ ਨਬੀ ਤੱਕ ਸਨਅਤ ਦੇ ਇਤਬਾਰ ਨਾਲ ਪਹੁੰਚੇ ਹੀ ਨਾ ਤੁਸੀਂ ਬਣਾ ਲਈ ਮੈਂ ਬਣਾ ਲਈ ਉਹਨੇ ਬਣਾ ਲਈ ਅਤੇ ਉਹ ਕਿਸ ਤਰੀਕੇ ਨਾਲ ਨਬੀ ਦੀ ਹਦੀਸ ਬਣ ਸਕਦੀ ਹੈ ਨਬੀ ਦੀ ਹਦੀਸ ਤੱਕ ਉਹ ਬਣ ਸਕਦੀ ਹੈ ਕਿ ਜਿਹੜੀ ਸਨਅਤ ਨਬੀ ਪਾਕ ਤੱਕ ਪਹੁੰਚੇ ਨਬੀ ਪਾਕ ਦਾ ਫਰਮਾਨ ਹੀ ਕੋਈ ਨਹੀਂ ਇਹੋ ਜਿਹੀ ਕੋਈ ਹਦੀਸ ਨਹੀਂ ਕੋਈ ਮਸਲਾ ਨਹੀਂ ਲੋਕ ਗਲਤ ਕੰਮ ਕੀਤੀ ਜਾਂਦੇ ਨੇ ਜਿਹੜਾ ਕੰਮ ਕਰਨ ਵਾਲਾ ਹੈ ਨਮਾਜ਼ਾਂ ਦੇ ਵਿੱਚ ਅੱਲਾਹ ਦੇ ਬੰਦੇ ਹੋ ਤੁਸੀਂ ਕਨੂਤ ਤੇ ਨਾਜ਼ਲਾ ਪੜ੍ਹੋ ਅੱਲਾਹ ਕੋਲੋਂ ਇਸ ਅਜ਼ਾਬ ਨੂੰ ਟਾਲਣ ਦੀ ਦੁਆ ਕਰੋ ਅੱਗੇ ਪਿੱਛੇ ਦੁਆਵਾਂ ਕਰੋ ਸਜਦੇ ਕਰੋ ਹਾਂਜੀ ਤਹੱਜਦ ਤਹੱਜਦ ਦੇ ਟਾਈਮ ਉੱਠ ਕੇ ਅੱਲਾਹ ਅੱਗੇ ਰੋਵੋ ਅੱਲਾਹ ਕੋਲੋਂ ਇਸ ਅਜ਼ਾਬਾਂ ਨੂੰ ਟਾਲਣ ਦੀਆਂ ਦੁਆਵਾਂ ਕਰੋ ਇਨਸਾਨੀ ਹਮਦਰਦੀ ਦੇ ਨਾਲ ਇੱਕ ਦੂਸਰੇ ਮੁਸਲਮਾਨ ਦਾ ਖਿਆਲ ਕਰੋ ਇਹ ਚੀਜ਼ਾਂ ਕਰਦੇ ਨਹੀਂ ਅਸੀਂ ਲੋਕ ਜਿਹੜਾ ਬਿਲਕੁਲ ਦੀਨ ਦੇ ਖਿਲਾਫ ਹੈ ਹਾਲਾਂਕਿ ਇਹ ਗੱਲ ਸੁਣ ਲਓ ਕਿ ਸ਼ਰੀਅਤ ਸਾਜ਼ੀ ਦਾ ਅਖਤਿਆਰ ਕਿਹਦੇ ਕੋਲੇ ਬੋਲੋ ਇਹ ਅਰਸ਼ ਵਾਲੇ ਅੱਲਾਹ ਕੋਲੇ ਨਬੀ ਪਾਕ ਨੂੰ ਨਬੀਆਂ ਦੇ ਇਮਾਮ ਨੂੰ ਹੋਰ ਕਿਸੇ ਨਬੀ ਨੂੰ 125 ਲੱਖ ਕਮੋ ਬੇਸ਼ ਜਿਤਨੇ ਵੀ ਅੰਬੀਆ ਆਏ ਸਹੀ ਤਾਦਾਦ ਤੇ ਨਹੀਂ ਹਦੀਸਾਂ ਚ ਮੌਜੂਦ ਜਿਤਨੇ ਵੀ ਅੰਬੀਆ ਆਏ ਕਿਸੇ ਨਬੀ ਨੂੰ ਜ਼ਬਰ ਤੋਂ ਜ਼ੇਰ ਜ਼ੇਰ ਤੋਂ ਜ਼ਬਰ ਕਰਨ ਦੀ ਇਜਾਜ਼ਤ ਨਹੀਂ ਜ਼ਬਰ ਜ਼ੇਰ ਨੂੰ ਅਦਲ ਬਦਲ ਕਰਨ ਦੀ ਇਜਾਜ਼ਤ ਨਹੀਂ ਨਬੀ ਦਾ ਕੰਮ ਹੈ ਜਿਹੜਾ ਦੀਨ ਆਸਮਾਨਾਂ ਤੋਂ ਬਣ ਕੇ ਆਉਂਦਾ ਹੈ ਸ਼ਰੀਅਤ ਬਣ ਕੇ ਆਉਂਦੀ ਹੈ ਉਹਨੂੰ ਅੱਗੇ ਪਹੁੰਚਾ ਦੇਵੇ ਠੀਕ ਹੈ ਤੇ ਇਹ ਸਾਡੇ ਬੇਲੀਆਂ ਨੇ ਪੈਗੰਬਰ ਕੀ ਆਪਣੇ ਆਪ ਨੂੰ ਰੱਬ ਬਣਾ ਛੱਡਿਆ ਅੱਲਾ ਦੇ ਅਖਤਿਆਰ ਸ਼ਰੀਅਤ ਸਾਜ਼ੀ ਦਾ ਅਖਤਿਆਰ ਰੱਬ ਕੋਲੇ ਇਹਨਾਂ ਲੋਕਾਂ ਨੇ ਆਪ ਲੈ ਛੱਡਿਆ ਅੰਦਾਜ਼ਾ ਲਾਓ ਆਪਣੇ ਹੱਥ 'ਚ ਲੈ ਛੱਡਿਆ ਤੇ ਕਿਸ ਤਰੀਕੇ ਨਾਲ ਅੱਲਾ ਔਰ ਜਿਤਨੇ ਵੀ ਪੂਰਾ ਕੁਰਾਨ ਪੜ੍ਹੋ ਤੁਹਾਨੂੰ ਪਤਾ ਲੱਗੇਗਾ ਜਿਤਨੇ ਅਜ਼ਾਬ ਆਏ ਕੌਮਾਂ ਤੇ ਹਾਂਜੀ ਵਾ ਅਕਸਰੁਹੁਮ ਮੁਸ਼ਰਿਕੂਨ ਅਕਸਰ ਉਹਨਾਂ ਚੋਂ ਸ਼ਿਰਕ ਕਰਦੇ ਸਨ ਰੱਬ ਦੀ ਜ਼ਾਤ ਨਾਲ ਕਿ ਰੱਬ ਦੇ ਸ਼ਰੀਕ ਹੀ ਬਣੇ ਪਏ ਨੇ ਅੱਲਾ ਦੇ ਇਖਤਿਆਰ ਆਪਣੇ ਕੋਲ ਸੰਭਾਲੀ ਖੜੇ ਨੇ ਦੀਨ ਆਪਣੇ ਕੋਲੋਂ ਬਣਾਈ ਜਾਂਦੇ ਨੇ ਨਵਾਂ ਨਵਾਂ ਬਿੱਤਾਂ ਜਾਰੀ ਦੀਨ ਆਪਣਾ ਬਣਾਇਆ ਕੋਲੋਂ ਹੈ ਜੀ ਜਿਹੜਾ ਅਸਲ ਦੀਨ ਹੈ ਉਹਦੇ ਬੰਨੇ ਖਿਆਲ ਹੀ ਕੋਈ ਨਹੀਂ ਬੇਟਹਿਮੀਆਂ ਬੇਵਕਤੀਆਂ ਜ਼ਾਨਾ ਘੁਆਈ ਜਾਂਦੇ ਨੇ ਅਗਰ ਜੀ ਹੁਣ ਨਮਾਜ਼ ਅਬਾਬੀਨ ਹੋਏਗੀ ਫਰਜ਼ ਪੜ੍ਹਨੇ ਨਹੀਂ ਤੇ ਹੁਣ 10 ਵਜੇ ਜੀ ਸੁਬਹ ਨਮਾਜ਼ ਹੋਏਗੀ ਐਲਾਨ ਹੁੰਦੇ ਫਿਰਦੇ ਨੇ ਅਸਤਗਫਿਰੁੱਲਾ ਨਫਲ ਹੋਣਗੇ ਜਿਹੜੇ ਕਿਧਰੇ ਲਿਖਿਆ ਹੀ ਨੀਗਾ ਕਿਸੇ ਪਾਸੇ ਅੱਜ ਜਦੋਂ ਚੰਨ ਗਿਰਨ ਹੁੰਦਾ ਸੂਰਜ ਗਿਰਨ ਹੁੰਦਾ ਉਦੋਂ ਦੀਆਂ ਨਮਾਜ਼ਾਂ ਹੈ ਉਹ ਨਮਾਜ਼ਾਂ ਤੁਸੀਂ ਹੈ ਜੀ ਪੜ੍ਹ ਸਕਦੇ ਹੋ ਨਮਾਜ਼ ਪੜ੍ਹਨ ਦਾ ਤਰੀਕਾ ਵੀ ਅਸੀਂ ਅਲਹਮਦੁਲਿਲਾ ਚੰਨ ਗਿਰਨ ਹੋਇਆ ਪਿੱਛੇ ਅਸੀਂ ਨਮਾਜ਼ ਪੜ੍ਹੀਏ ਪੜ੍ਹਾਈਏ ਬੇਟੇ ਨੇ ਮਾਸ਼ਾਅੱਲਾ ਤੇ ਇਸ ਵਾਸਤੇ ਹੈ ਜੀ ਉਹ ਨਮਾਜ਼ ਹੈ ਦੋ ਰੁਕੂਆਂ ਨਾਲ ਦੋ ਇੱਕ ਰਕਾਤ ਅੰਦਰ ਦੋ ਸਜਦੇ ਦੋ ਰੁਕੂ ਲੰਬੇ ਲੰਬੇ ਰੁਕੂ ਆਪਣੇ ਦੋ ਕਿਆਮ ਠੀਕ ਹੈ ਨਾ ਉਹ ਨਮਾਜ਼ ਦਾ ਤਰੀਕਾ ਦੱਸਿਆ ਪਿਆਰੇ ਨਬੀ ਨੇ ਲੰਬੀ ਲੰਬੀ ਕਿਰਤ ਫਿਰ ਰੁਕੂ ਕਰੋ ਰੁਕੂ ਵੀ ਲੰਬਾ ਫਿਰ ਦੁਬਾਰਾ ਉੱਠ ਕੇ ਖੜੇ ਹੋ ਜਾਓ ਫਿਰ ਕਿਰਾਤ ਸ਼ੁਰੂ ਕਰ ਦਿਓ ਤਿਲਾਵਤ ਕੁਰਾਨ ਪਾਕ ਦੀ ਕਿਆਮ ਸ਼ੁਰੂ ਕਰ ਦਿਓ ਫਿਰ ਕਿਆਮ ਤੋਂ ਬਾਅਦ ਰੁਕੂ ਫਿਰ ਲੰਬਾ ਫਿਰ ਅੱਗੇ ਸਜਦੇ ਚਲੇ ਜਾਓ ਇਸੇ ਤਰ੍ਹਾਂ ਦੂਸਰੀ ਰਕਾਤ ਵੀ ਦੋ ਕਿਆਮਾਂ ਨਾਲ ਦੋ ਰੁਕੂਆਂ ਨਾਲ ਠੀਕ ਹੈ ਨਾ ਉਹ ਤਰੀਕਾ ਦੱਸਿਆ ਨਮਾਜ਼ ਪੜ੍ਹਨ ਦਾ ਆਪਣੇ ਔਰ ਇਤਨੀ ਦੇਰ ਤੱਕ ਜਦੋਂ ਆਪ ਪੜ੍ਹਦੇ ਸਨ ਲੰਬੇ ਲੰਬੇ ਕਿਆਮ ਕਰਕੇ ਅੱਲਾਹ ਅੱਗੇ ਦੁਆ ਕਰਦੇ ਸੂਰਜ ਖੁੱਲ ਜਾਂਦਾ ਸੀ ਚੰਨ ਗਿਰਨ ਉਹ ਦਰੁਸਤ ਹੋ ਜਾਂਦਾ ਸੀ ਉਹਦਾ ਗ੍ਰਹਿਣ ਖਤਮ ਹੋ ਜਾਂਦਾ ਸੀ ਇਹ ਮਤਲਬ ਇਹ ਸੀ ਕਿ ਅੱਲਾਹ ਨੇ ਵੱਡੀਆਂ ਵੱਡੀਆਂ ਮਖਲੂਕਾਂ ਨੂੰ ਜ਼ਮੀਨ ਹੈ ਹੀ ਕੋਈ ਨਹੀਂ ਤੇ ਬੰਦਾ ਤੇ ਫਿਰ ਲੱਭਦਾ ਹੀ ਕੋਈ ਨਹੀਂ ਜ਼ਮੀਨ ਹੀ ਉਹਦਾ ਦੇ ਮੁਕਾਬਲੇ ਸ਼ੈ ਕੋਈ ਨਹੀਂ ਉਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਅੱਲਾਹ ਤਬਾਰਕ ਵਾ ਤਾਲਾ ਦੀ ਗ੍ਰਿਫਤ 'ਚ ਨੇ ਅੱਲਾਹ ਉਹਨਾਂ ਵੱਡੀਆਂ ਮਖਲੂਕਾਂ ਨੂੰ ਫੜ ਸਕਦਾ ਕਿਉਂ ਜੀ ਮੈਂ ਤੂੰ ਕਿਹੜੀ ਚੀਜ਼ ਆ ਹੈ ਇਸ ਵਾਸਤੇ ਸਾਨੂੰ ਚਾਹੀਦਾ ਕਿ ਸੁਨਤ ਦੇ ਮੁਤਾਬਕ ਅੱਲਾਹ ਦੇ ਪਿਆਰੇ ਨਬੀ ਅੱਲਾਹ ਨੇ ਵੀ ਫਰਮਾਇਆ ਕੁਰਾਨ ਵੀ ਹੈ ਤੇ ਹਦੀਸ ਵੀ ਹੈ ਮਫਹੂਮ ਹੈ ਕਿ ਨਬੀ ਦੀ ਮੁਖਾਲਫਤ ਕਰੋਗੇ ਪਿਆਰੇ ਨਬੀ ਨੇ ਫਰਮਾਇਆ ਅਗਰ ਮੇਰੀ ਮੁਖਾਲਫਤ ਕਰੋਗੇ ਜ਼ਿਲਤ ਔਰ ਰਸਵਾਈ ਤੁਹਾਡਾ ਮੁਕੱਦਰ ਬਣ ਜਾਏਗੀ ਅੰਦਾਜ਼ਾ ਲਾਓ ਨਬੀ ਦੀ ਮੁਖਾਲਫਤ ਆਕਾ ਦੀ ਕਰਨ ਨਾਲ ਅਸੀਂ ਇੱਥੋਂ ਤੱਕ ਪਹੁੰਚੇ ਪਏ ਹਾਂ ਸਾਨੂੰ ਚਾਹੀਦਾ ਕਿ ਅਸੀਂ ਮੁੜ ਆਈਏ ਆਪਣਾ ਅਕੀਦਾ ਦਰੁਸਤ ਕਰੀਏ ਅੱਲਾਹ ਜ਼ਾਤ ਵਿੱਚ ਵੀ ਇਕੱਲਾ ਸਿਫਾਤ ਵਿੱਚ ਵੀ ਇਕੱਲਾ ਔਰ ਨਬੀ ਪਾਕ ਦੀ ਅਤਾਤ ਤੋਂ ਬਗੈਰ ਕਿਸੇ ਹੋਰ ਦੀ ਅਤਾਤ ਨਹੀਂ ਕਿਉਂਕਿ ਅੱਲਾਹ ਤਾਲਾ ਨੇ ਹਾਂਜੀ ਕਲਮਾ ਵੀ ਇਹ ਪੜ੍ਹਾਇਆ ਕਿ ਲਾ ਇਲਾਹ ਇਲੱਲਾ ਮੁਹੰਮਦੁਰ ਰਸੂਲੁੱਲਾ ਹਾਂਜੀ ਅੱਲਾਹ ਦੇ ਇਲਾਵਾ ਕੋਈ ਇਬਾਦਤ ਦੇ ਲਾਇਕ ਨਹੀਂ ਮੁਹੰਮਦ ਸੱਲ ਸੱਲਮ ਅਤਾਤ ਦੇ ਲਾਇਕ ਨੇ ਅੱਲਾਹ ਦੇ ਰਸੂਲ